ਦਿਸ਼ਾ ਤੇ ਦਸ਼ਾ ਤੇ ਸੂਬੇ ਦੀ ਵੀ ਵਿਗੜ ਗਈ ਸਵਾਲ ਇਹ ਹੈ ਕਿ ਸਰਕਾਰ ਦੀ ਬਿਲਕੁਲ ਧਿਆਨ ਨਹੀਂ ਹੈਗਾ ਸੂਬੇ ਵੱਲ ਅਸਲ ਵਿੱਚ ਸਟੇਟ ਤੇ ਟੈਗ ਹੋ ਗਿਆ 9 ਮਹੀਨੇ ਦੀ ਸਰਕਾਰ ਦੇ ਵਿੱਚ ਪੁਲਿਸ ਤੇ ਇੱਕ ਇੰਟੈਲੀਜੈਂਸ ਦੇ ਦਫ਼ਤਰ ਤੇ ਟੈਕ ਹੋਇਆ ਸੀ ਉਦੋਂ ਤੁਸੀਂ ਚੱਕ ਕੇ ਡੀਜੀਪੀ ਅਭੀ ਕੇ ਪਾਵਰਾਂ ਨੂੰ ਬਦਲ ਦਿੱਤਾ ਅੱਜ ਸਰਿਆਲੀ ਹੋ ਗਿਆ ਰਾਤ ਠੀਕ ਹੈ ਹੁਣ ਕਿਹਨੂੰ ਬਦਲੋਗੇ ਪੁਲਿਸ ਨੂੰ ਤੇ ਲਾਤਾ ਹੁਣ ਡੀਜੀਪੀ ਗੌਰਵ ਜਾਦਵ ਤੇ ਭਗਵੰਤ ਮਾਨ ਸਾਹਿਬ ਨੇ ਪੈਲਸਾਂ ਦੇ ਬਾਹਰ ਖੜਾ ਕਰ ਦਿੱਤਾ ਜੇ ਬਰਾਤੀ ਤੇ ਜਾਂਜੀ ਤੇ ਮੇਲੀ ਆਉਣਗੇ ਤੇ ਉਹਨਾਂ ਦੇ ਬੂੰਹ ਦੇ ਵਿੱਚ ਲਾ ਦੋ ਧੂਕ ਮਰਵਾਓ ਪੁਲਿਸ ਨੂੰ ਤੇ ਉਹ ਕੰਮ ਦੇ ਦਿੱਤਾਗਾ ਅਧਿਮਾਨ ਸਾਹਿਬ ਕਹੇ ਰਹੇ ਹੀ ਕਿ ਜਿਹੜੇ ਕਤਲ ਹੋਏ ਨੇ ਛੋਟੀਆਂ ਮੋਟੀਆਂ ਕਿਟਨਾਵਾਂ ਯਾਰ ਜਿਹੜਾ ਇੰਟੈਲੀਜੈਂਸ ਦਫਤਰ ਤੇ ਅਟੈਕ ਹੋਣਾ ਆਰਪੀਜੀ ਦੇ ਨਾਲ ਪੁਲਿਸ ਸਟੇਸ਼ਨ ਤੇ ਅਟੈਕ ਹੋਣਾ ਆਰਪੀਜੀ ਦੇ ਨਾਲ ਇਹ ਛੋਟੀ ਮੋਟੀ ਕਿਟਨਾਵਾਂ ਤੇ ਜਿਹੜੀਆਂ ਸਰਹੱਦਾ ਨੇ ਗਵਾਂਢੀ ਕਦੀ ਵੀ ਨਹੀਂ ਚਾਹੁੰਦੀਆਂ ਕਿ ਪੰਜਾਬ ਸੁੱਖ ਦੀ ਰੋਟੀ ਖਾਵੇ ਅਸੀਂ ਬਹੁਤ ਭੁਗਤੇ ਪਹਿਲਾਂ ਦੇ ਯੂਪੀ ਵੀ ਅਰਥਾ ਗਿੜਾ ਮਾਰੋ ਉੱਥੇ ਕ੍ਰਾਈਮ ਰੇਟ ਕਿੱਥੇ ਐ ਸਾਨੂੰ ਐਵੇਂ ਬਦਨਾਮ ਕਰੀ ਜਾਂਦੇ ਹੋ। ਉੱਥੇ ਕਦੀ ਇੰਟੈਲੀਜੈਂਸ ਹੈੱਡ ਕੁਆਰਟਰ ਤੇ ਅਟੈਕ ਹੋਇਆ। ਇਹਨੇ ਵੇ ਪੁੱਛਿਓ ਕਿ ਕਦੀ ਧੂਪੀ ਦੇ ਕਿਸੇ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ? ਸਰਕਾਰ ਦੇ ਜਿਹੜੇ ਅਫਸਰ ਨੇ ਜਾਂ ਤੇ ਉਹ ਸਰਕਾਰ ਚਲਾ ਰਹੇ ਨੇ ਜਾਂ ਫਿਰ ਜਿਹੜੀ ਸਰਕਾਰ ਮੀਨ ਆਮ ਆਦੀ ਪਾਰਟੀ ਉਹਨਾਂ ਕੋਲ ਅਫਸਰ ਕਾਬੂ ਨਹੀਂ ਆ ਰਹੇਗੇ। ਮੰਨਣਾ ਪਊਗਾ ਇਹਨਾਂ ਕੋਈ ਤਜਰਬਾ ਨਹੀਂ ਆਗਾ ਮੰਨਣਾ ਪਊਗਾ ਕਿ ਕੱਟੜ ਮਾਨਦਾਰ ਆਗੇ ਨਹੀਂ ਸਿਆਣੇ ਤੇ ਹੋ ਹੀ ਸਕਦੇ ਨੇ ਬੰਦੇ ਜੋ ਸਿਆਣੇ ਕਹਿੰਦੇ ਹੁੰਦੇ ਨੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਇਹਨਾਂ ਦੇ ਸਾਰਿਆਂ ਦੇ ਘਰ ਦਾਣੇ ਆਗੇ ਨੇ ਪਰ ਇੱਕ ਸਿਆਣੇ ਨਹੀਂ ਇਹ ਕਮਲੇ ਨੇ ਸਟੇਟ ਤੇ ਹਮਲਾ ਇਸੇ ਨੱਥੂ ਗਹਿਰੇ ਦੇ ਤੇ ਹਮਲਾ ਨਹੀਂ ਹੋਇਆ ਜਾਂ ਮੂਸੇਵਾਲੇ ਦਾ ਕਤਲ ਨਹੀਂ ਹੋਇਆ ਜਾਂ ਸੰਦੀਪ ਅੰਬੀਆਂ ਨੰਗਲ ਦਾ ਕਤਲ ਨਹੀਂ ਹੋਇਆ ਜਾਂ ਪ੍ਰਦੀਪ ਜਿਹੜਾ ਡੇਰਾ ਪਰ ਵੀ ਉਹਦੇ ਕਤਲ ਨਹੀਂ ਹੋਇਆ ਇਸ ਸਟੇਟ ਤੇ ਆ ਜਦੋਂ ਸਟੇਟ ਤੇ ਹਮਲਾ ਹੋ ਗਿਆ ਸਟੇਟ ਦੇ ادارے ਤੇ ਹਮਲਾ ਹੋ ਗਿਆ ਇਕ ਮੀਨ ਪੰਜਾਬ ਤੇ ਹਮਲਾ ਇੰਟੈਲੀਜੈਂਸ ਦਫ਼ਤਰ ਤੇ ਹੋਇਆ ਸੀ ਫਿਰ ਇਸ ਤੋਂ ਹੋ ਗਿਆ ਮਤਲਬ ਤੁਸੀਂ ਇਹ ਇੰਤਜ਼ਾਰ ਕਰੋਗੇ ਕਿ ਜਿਹੜਾ ਮੇਨ ਮੁੱਖ ਮੰਤਰੀ ਦਾ ਦਫ਼ਤਰ ਉੱਥੇ ਅਟੈਕ ਹੋਊਗਾ ਤੇ ਫਿਰ ਅਸੀਂ ਕਵਾਂਗੇ ਕਿ ਨਹੀਂ ਵਾਕੇ ਕਾਨੂੰਨ ਵਿਵਸਥਾ ਦਾ ਖਰਾਬ ਆ ਕਾਰ ਦਾ ਤਜਰਬਾ ਘੱਟ ਹੈ ਪਰ ਡੀਜੀਪੀ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਉਹ ਵੀ ਬਹੁਤ ਆਵਾਜਨ ਦੀ ਰੱਖਦਾ। ਡੀਜੀਪੀ ਆ ਸਟੇਟ ਦਾ ਮੈਂ ਦਿਨ ਦੇ ਵਿੱਚ ਚਾਰ ਵੀਡੀਓ ਪਾ ਦਿੰਦਾ ਤੇ ਮੇਰੇ ਜਿਹੜੇ 3 ਕਰੋੜ ਪੰਜਾਬੀ ਨੇ ਉਹ ਸੇਫ ਨੇ ਮੇਰੇ ਵੀਡੀਓ ਪਾਉਣ ਦੇ ਨਾਲ। ਪੰਜਾਬ ਦੀ ਕਾਨੂੰਨ ਵਿਵਸਥਾ ਇਹ ਮੰਨਣ ਜਾਣਾ ਮੰਨ ਆਮ ਆਦੀ ਪਾਰਟੀ ਦੇ ਕਹਿਣ ਤੇ ਲੋਕਾਂ ਨੇ ਮੰਨਣਾ ਜਾਂ ਨਹੀਂ ਮੰਨਣਾ ਪੰਜਾਬ ਦੀ ਜਨਤਾ ਭਲੀ-ਪਾਂਤ ਜਾਣ ਚੁੱਕੀ ਆ ਕਿ ਇਹਨਾਂ ਕੋ ਕਾਨੂੰਨ ਵਿਵਸਥਾ ਨਹੀਂ ਕੰਟਰੋਲ ਹੋ ਰਹੀ। ਵੱਡੇ-ਵੱਡੇ ਕਤਲ ਲੋਕਾਂ ਦੇ ਹੋਗੇ। ਇਹ ਕਹਦੇ ਛੋਟੀ ਮੋਟੀ ਘਟਨਾਵਾਂ ਰੱਬ ਨਾ ਕਰੇ ਮੇਰੀ ਜ਼ੁਬਾਨ ਕਾਲੀ ਨਿਕਲੇ ਜੇ ਕੱਲ ਨੂੰ ਕਿਸੇ ਐਮਐਲਏ ਦਾ ਜਾਂ ਮੰਤਰੀ ਦਾ ਕਤਲ ਹੋ ਗਿਆ ਫਿਰ ਵੀ ਅਸੀਂ ਛੋਟੀ ਘਟਨਾਵਾ ਕਹਾਂਗੇ ਉਹ ਘਟਨਾਵਾ ਵਾਪਰੀਆਂ ਨੇ ਪੰਜ ਸੱਤ ਕਤਲ ਹੋਏ ਨੇ ਉਹਨੂੰ ਛੋਟੀਆਂ ਘਟਨਾਵਾ ਮੰਨਦੇ ਹੋਗੇ ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋਣਾ ਛੋਟੀ ਘਟਨਾਵਾ ਆ ਗਿਆ ਥਾਣੇ ਤੇ ਹਮਲਾ ਹੋਣਾ ਛੋਟੀ ਘਟਨਾਵਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗਸਟਰ ਵੱਧ ਰਹੇ ਨੇ ਆਪਾਂ ਇਹ ਵੀ ਮੰਨਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਦੋਸ਼ੀ ਨਹੀਂ ਉਹਦੇ ਚ ਕਾਲੀਦਲ ਵਾਲੇ ਵੀ ਦੋਸ਼ੀ ਨੇ ਕਾਂਗਰਸ ਵੀ ਦੋਸ਼ੀ ਨੇ ਪਰ 9 ਮਹੀਨੇ ਤੇ ਤੁਹਾਨੂੰ ਵੀ ਹੋਗੇ ਜਾਦਾ ਵਿੱਚ ਐਕਸਟਰਸ਼ਨ ਬਣੀ ਇੰਨੀ ਜਿਆਦਾ ਵੱਧ ਤੋ ਕੀ ਹੈ 6 ਮਹੀਨਿਆਂ ਦੇ ਵਿੱਚ 60 ਲੋਕਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਮੰਗੇ ਗਏ ਨੇ ਘਰੇ ਖਾਣਿਆਂ ਚ ਗਏ ਨੇ ਉਹਨਾਂ ਦੇ ਕਤਲ ਹੋ ਗਏ ਲੋਕ ਡਰ ਗਏ ਲੋਕ ਕਹਿੰਦੇ ਇਹਦੇ ਨਾਲ ਐਕਸਟਰਸ਼ਨ ਬਣੀ ਦੇਦੋ ਜਿਆਦਾ ਚੰਗਾ ਕਿਤੇ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਨੂੰ ਜਾਣ ਕਰ ਦੱਸਦੇ ਨੇ ਉੱਥੇ ਵੀ ਲੋਕਾਂ ਕੋਲੋਂ ਐਕਸਟਰਸ਼ਨ ਮਣੀ ਮੰਗਣੀ ਸ਼ੁਰੂ ਕਰ ਦਿੱਤੀ ਜਿਹੜਾ ਹੋਇਆ ਆਰਪੀਜੀ ਦੇ ਨਾਲ ਹਮਲਾ ਇਹ ਕੋਈ ਲਾਇਸੈਂਸ ਹੀ ਕਿਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਸਦੀਪ ਕੇ ਯਾਰ ਇਹ ਆ ਕੇ ਤੂਰੇ ਨੇ ਇਹ ਪੰਜਾਬ 'ਚ ਵੱੜ ਰਹੇ ਨੇ ਭੱਲੇ ਰਵਾਲਵਰ ਮਿਲ ਗਿਆ ਪਿਸਤੌਲ ਮਿਲ ਗਿਆ ਤੁਸੀਂ ਲੈ ਆਂਦਾ ਜੂਪੀ ਤੋਂ ਮਧ ਪ੍ਰਦੇਸ਼ ਤੋਂ ਕੱਟੇ ਲੈ ਜਾਂਦੇ ਹੈਗੇ ਪਰ ਇਹ ਕਿੱਥੋਂ ਆਇਆ ਪਾਦੇ ਦੌਰਾਨ ਨਹੀਂ ਇਹ ਕਿ 47 ਜਦੋਂ ਆਈਆਂ ਸੀ ਜਾਂ ਐਲ ਐਲ ਮੀ ਜੀ ਆਈ ਸੀ ਐਮ ਐਮ ਜੀ ਆਈ ਉਹਦੋਂ ਮੇ ਪੰਜਾਬ ਚਿੰਤਾ ਦੇ ਵਿੱਚ ਹੀ ਉਤੇ ਰਾਕਟ ਆ ਗਏ ਉਹ ਰਾਕਟ ਦੀ ਮਾਰ ਬੜੀ ਦੂਰ ਤੱਕ ਹੁੰਦੀ ਆ ਜਿਸ ਇੰਟੈਲੀਜੈਂਸ ਸਾਰੇ ਪੰਜਾਬ ਦੀ ਰਾਖੀ ਕਰਨੀ ਹੈ ਉਹਨਾਂ ਦੇ ਦਫਤਰ ਤੇ ਹਮਲਾ ਹੋ ਗਿਆ ਸੀ ਫਿਰ ਤਰਨਤਾਲ ਤੇ ਹਮਲਾ ਹੋ ਗਿਆ ਤੁਹਾਡੀ ਇੰਟੈਲੀਜੈਂਸ ਕਿੱਥੇ ਆ ਪ੍ਰੋਗਰਾਮ 16 ਨੇ ਸੱਚੇ ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅੱਜ ਅਸੀਂ ਗੱਲ ਕਰਾਂਗੇ ਦਿਸ਼ਾ ਤੇ ਦਸ਼ਾ ਤੇ ਸੂਬੇ ਦੀ ਵੀ ਵਿਗੜ ਗਈ ਇੱਕ ਸਿਆਸੀ ਪਾਰਟੀ ਦੀ ਵੀ ਆਪਣੇ ਆਪ ਨੂੰ ਅਕਲਾਤੀ ਖੇਤਰੀ ਪਾਰਟੀ ਪੰਜਾਬ ਦੀ ਦੱਸਦੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਕਰਕੇ ਲੀਡਰ ਬਾਹਰ ਹੋ ਰਹੇ ਨੇ ਆਖਰਕਾਰ ਰੇੜਕਾ ਕਿੱਥੇ ਪੈ ਗਿਆ ਪੇਚਾ ਕਿੱਥੇ ਪੈ ਗਿਆ ਕੀ ਲੋਕਤੰਤਰ ਖਤਮ ਹੋ ਗਿਆ ਸਵਾਲ ਕਰਨ ਦੀ ਮਰਿਆਦਾ ਖਤਮ ਹੋ ਗਈ ਜਾਂ ਫਿਰ ਕੋਈ ਹੋਰ ਗੱਲਾਂ ਨੇ ਇਸ ਤੇ ਵੀ ਗੱਲ ਕਰਾਂਗੇ ਪਰ ਇੱਕ ਅਟੈਕ ਹੋਰ ਹੋ ਗਿਆ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਨੇ ਪਰ ਇਸ ਨੂੰ ਸੀਐਮ ਦੇ ਬਿਆਨ ਤੋਂ ਇਹ ਵੀ ਦੱਸਿਆ ਗਿਆ ਕਿ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਨੇ ਯੂਪੀ ਬਿਹਾਰ ਜਾ ਕੇ ਵੇਖੋ ਉੱਥੇ ਜ਼ਿਆਦਾ ਮੰਦਾ ਹਾਲ ਹੈ ਪਰ ਇਹ ਕਿਵੇਂ ਜੋੜ ਤੋੜ ਕੀਤੇ ਜਾਂਦੇ ਨੇ ਜਿਹੜਾ ਇੱਕ ਰਾਕਟ ਲਾਂਚ ਦੇ ਨਾਲ ਇੱਕ ਹੋਰ ਹਮਲਾ ਹੋਇਆ ਸੇਵਾ ਕੇਂਦਰ ਦੇ ਉੱਤੇ ਇਸ ਤੋਂ ਪਹਿਲਾਂ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਹੋ ਗਿਆ ਸੀ ਹਮਲਾ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਰੁਕ ਰਹੀਆਂ ਆਖਰਕਾਰ ਕਿੱਥੇ ਕਮੀ ਰਹਿ ਗਈ ਹੈ ਪੁਲਿਸ ਨੰ ਕਮੀ ਹੈ ਜਾਂ ਫਿਰ ਸਰਕਾਰ ਦੇ ਦਿਸ਼ਾ ਨਿਰਦੇਸ਼ ਵਿੱਚ ਕਿਤੇ ਨਾ ਕਿਤੇ ਢਿੱਲ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੇ ਅਸੀਂ ਗੱਲਬਾਤ ਕਰਾਂਗੇ ਭੁੱਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਦੋਂ ਵੀ ਚਾਹੇ ਵਿਰੋਧੀ ਸਿਆਸੀ ਹੋਣ ਚਾਹੇ ਸਵਾਲ ਕਰਨ ਵਾਲੇ ਪੱਤਰਕਾਰ ਹੋਣ ਤੇ ਚਾਹੇ ਆਮ ਲੋਕ ਹੋਣ ਉਹ ਲਗਾਤਾਰ ਕਹਿ ਰਹੇ ਆ ਕਿ ਸਰਕਾਰ ਤੋਂ ਕਿਤੇ ਨਾ ਕਿਤੇ ਠੀਕ ਨਹੀਂ ਚੱਲ ਰਿਹਾ ਸਿਸਟਮ ਪਰ ਸਰਕਾਰ ਕਹਿੰਦੀ ਹੈ ਛੋਟੀਆਂ-ਮੋਟੀਆਂ ਘਟਨਾਵਾਂ ਇੱਕ ਫੇਰ ਹੋ ਗਈ ਘਟਨਾ ਇਸ ਦੇ ਉੱਤੇ ਵੀ ਹੁਣ ਕੋਈ ਬਹੁਤੀ ਪ੍ਰਤੀਕਿਰਿਆ ਸਖਤ ਨਹੀਂ ਹੈ ਬਿਲਕੁਲ ਸੰਦੀਪ ਇਹ ਕਹਿ ਸਕਦੇ ਕਿ ਜਿਹੜਾ ਸਰੀਆਲੀ ਥਾਣੇ ਦੇ ਉੱਪਰ ਰਾਕਟ ਲਾਂਚਰ ਦੇ ਨਾਲ ਅਟੈਕ ਹੋਇਆ ਵਾ ਇਹ ਮਤਲਬ ਹੈ ਸਟੇਟ ਤੇ ਅਟੈਕ ਹੋ ਗਿਆ 9 ਮਹੀਨਾ ਦੀ ਸਰਕਾਰ ਦੇ ਵਿੱਚ ਪੁਲਿਸ ਤੇ ਇੱਕ ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋਇਆ ਸੀ ਉਦੋਂ ਤੁਸੀਂ ਚੱਕ ਕੇ ਡੀਜੀਪੀ ਵੀ ਕੇ ਪਾਵਰਾ ਨੂੰ ਬਦਲ ਦਿੱਤਾ ਅੱਜ ਸਰੀਆਲੀ ਹੋ ਗਿਆ ਰਾਤ ਠੀਕ ਹੈ ਹੁਣ ਕਿੰਨੂੰ ਬਦਲੋਗੇ ਸਵਾਲ ਇਹ ਹੈ ਕਿ ਸਰਕਾਰ ਦੀ ਬਿਲਕੁਲ ਧਿਆਨ ਹੀ ਹੈਗਾ ਸੂਬੇ ਵੱਲ ਪੁਲਿਸ ਦਾ ਤੇ ਬਿਲਕੁਲ ਨਹੀਂ ਹੈਗਾ ਪੁਲਿਸ ਨੂੰ ਤੇ ਲਾਤਾ ਹੁਣ ਡੀਜੀਪੀ ਗੌਰਵ ਜਾਦਵ ਤੇ ਭਗਵੰਤ ਮਾਨ ਸਾਹਿਬ ਨੇ ਪੈਲਸਾਂ ਦੇ ਬਾਹਰ ਖੜਾ ਕਰ ਦਿੱਤਾ ਕਿ ਬਰਾਤੀ ਦੇ ਜਾਂਜੀ ਤੇ ਮੇਲੀ ਆਉਣਗੇ ਤੇ ਉਹਨਾਂ ਦੇ ਮੂੰਹ ਦੇ ਵਿੱਚ ਲਾ ਦੋ ਫੂਕ ਮਰਵਾਓ ਪੁਲਿਸ ਨੂੰ ਤੇ ਉਹ ਕੰਮ ਦੇ ਦਿੱਤਾ ਹੈਗਾ ਜਿਹੜਾ ਨਹੀਂ ਦੇਣਾ ਚਾਹੀਦਾ ਪੁਲਿਸ ਪੁਲਿਸ ਦਾ ਕੰਮ ਹੁੰਦਾ ਪੁਲਿਸਿੰਗ ਕਰਨੀ ਸਟੇਟ ਦੀ ਜ਼ਿੰਮੇਵਾਰੀ ਆ ਔਰ ਪੰਜਾਬ ਦੇ ਵਿੱਚ ਪੁਲਿਸ ਨਫਰੀ ਘੱਟ ਵੀ ਨਹੀਂ ਹੈ 84000 ਨਫਰੀਆ ਇਕੱਲੀ ਸਿਪਾਈ ਤੋਂ ਲੈ ਕੇ ਹੱਲੇ ਅਫਸਰ ਮਾਈਨਸ ਕਰ ਦੋ ਵਿੱਚੋਂ ਇਸ ਦੇ ਬਾਵਜੂਦ ਅਗਰ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਮਾਲੂ ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਕਿ ਜਿਹੜੇ ਕਤਲ ਹੋਏ ਨੇ ਛੋਟੀਆਂ ਮੋਟੀਆਂ ਕਟਨਾਵਾ ਤੇ ਯਾਰ ਇਹ ਜਿਹੜਾ ਇੰਟੈਲੀਜੈਂਸ ਦਫਤਰ ਤੇ ਅਟੈਕ ਹੋਣਾ ਆਰਪੀਜੀ ਦੇ ਨਾਲ ਪੁਲਿਸ ਸਟੇਸ਼ਨ ਤੇ ਅਟੈਕ ਹੋਣਾ ਆਰਪੀਜੀ ਦੇ ਨਾਲ ਇਹ ਛੋਟੀ ਮੋਟੀ ਕਟਨਾਵਾ ਨੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਸੀ ਬਾਰਡਰ ਸਟੇਟ ਤੇ ਬੈਠੇ ਆ ਸਾਡੇ ਜਿਹੜੀਆਂ ਸਰਹੱਦਾ ਨੇ ਗਵਾਂਢੀ ਉਹ ਕਦੀ ਵੀ ਨਹੀਂ ਚਾਹੁੰਦੀਆਂ ਕਿ ਪੰਜਾਬ ਸੁੱਖ ਦੀ ਰੋਟੀ ਖਾਵੇ ਅਸੀਂ ਬਹੁਤ ਭੁਗਤੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ ਉਹ ਤਾਂ ਪਹਿਲਾਂ ਜਦੋਂ ਸਵਾਲ ਉੱਠੇ ਸੀ ਉਹ ਕਹਿੰਦੇ ਯੂਪੀ ਬਿਹਾਰ ਤਾਂ ਢੇਡਾ ਮਾਰੋ ਉੱਥੇ ਕ੍ਰਾਈਮ ਰੇਟ ਕਿੱਥੇ ਹੈ ਸਾਨੂੰ ਐਵੇਂ ਬਦਨਾਮ ਕਰੀ ਜਾਂਦੇ ਹੋ ਹੁਣ ਇਹਨਾਂ ਨੂੰ ਪੁੱਛੇ ਕਿ ਯੂਪੀ ਦੇ ਕਦੀ ਇੰਟੈਲੀਜੈਂਸ ਹੈੱਡ ਕੁਆਰਟਰ ਤੇ ਅਟੈਕ ਹੋਇਆ ਇਹਨਾਂ ਨੂੰ ਇਹ ਪੁੱਛਿਓ ਕਿ ਕਦੀ ਯੂਪੀ ਦੇ ਕਿਸੇ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਏ ਯਾਰ ਇਹ ਗਲਤ ਗੱਲ ਆ ਕਿ ਤੁਸੀਂ ਜੀ ਪਿਛਲੇ ਕਰ ਗਏ ਜੀ ਉਹ ਯੂਪੀ ਚ ਹੋ ਰਿਆ ਯਾਰ ਕਮਾਲ ਦੀ ਗੱਲ ਪ੍ਰੈਜੈਂਟ ਦੀ ਗੱਲ ਕਰੋ ਨਾ ਤੁਸੀਂ ਫਿਊਚਰ ਦੀ ਛੱਡੋ ਪ੍ਰੈਜੈਂਟ ਦੀ ਗੱਲ ਕਰੋ ਪ੍ਰੈਜੈਂਟ ਦੇ ਵਿੱਚ ਕੀ ਹੋ ਰਿਹਾ ਪਾਸਟ ਦੇ ਵਿੱਚ ਜੋ ਕੁਝ ਹੋਇਆ ਉਤੋਂ ਬੰਦਾ ਸਿੱਖਦਾ ਹੂੰ ਅਤੀਤ ਤੋਂ ਸਿੱਖਦਾ ਗਾਵਾ ਪ੍ਰੈਜ਼ੀਡੈਂਟ ਦੇ ਵਿੱਚ ਉਹ ਰੱਖਦਾ ਭਵਿੱਖ ਦੇ ਵਿੱਚ ਕਰਨ ਸਾਡਾ ਇਹ ਆ ਤਾਂ ਇਹ ਕਹਿੰਦੇ ਨਾ ਪਾਸਟ ਪ੍ਰੈਜ਼ੀਡੈਂਟ ਤੇ ਫਿਊਚਰ ਤੇ ਜੇ ਅਸੀਂ ਪਾਸਟ ਨੂੰ ਦੁੱਖ ਦਿੰਦੇ ਰਵਾਂਗੇ ਗਲਤੀਆਂ ਕੱਢੀ ਜਾਵਾਂਗੇ ਤੁਸੀਂ ਮਤਲ ਖੋਕ ਲਿਓ ਔਰ ਰਹੀ ਗੱਲ ਇਸ ਮਸਲੇ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਅਫਸਰ ਨੇ ਜਾਂ ਤੇ ਉਹ ਸਰਕਾਰ ਚਲਾ ਰਹੇ ਨੇ ਜਾਂ ਫਿਰ ਜਿਹੜੀ ਸਰਕਾਰ ਮੀਨ ਆਮ ਆਦੀ ਪਾਰਟੀ ਉਹਨਾਂ ਕੋਲ ਅਫਸਰ ਕਾਬੂ ਨਹੀਂ ਆ ਰਹੇਗੇ ਔਰ ਸਭ ਤੋਂ ਵੱਡੀ ਗੱਲ ਕਿ ਮੰਨਣਾ ਪਊਗਾ ਇਹਨਾਂ ਕੋ ਤਜਰਬਾ ਨਹੀਂ ਹੈਗਾ ਮੰਨਣਾ ਪਊਗਾ ਕਿ ਕੱਟੜ ਇਮਾਨਦਾਰ ਆਗੇ ਨੇ ਪਰ ਸਿਆਣੇ ਤੇ ਹੋ ਹੀ ਸਕਦੇ ਨੇ ਬੰਦੇ ਸਿਆਣੇ ਉਹ ਸਿਆਣੇ ਕਹਿੰਦੇ ਹੁੰਦੇ ਨੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਇਹਨਾਂ ਦੇ ਸਾਰਿਆਂ ਦੇ ਘਰ ਦਾਣੇ ਆ ਗਏ ਨੇ ਪਰ ਇੱਕ ਸਿਆਣੇ ਨਹੀਂ ਇਹ ਕਮਲੇ ਨਹੀਂ ਜਿਹੜੇ ਏਡੀ ਵੱਡੀਆਂ ਘਟਨਾਵਾਂ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਹੀ ਅਨਮੋਲ ਗਗਨਮਾਨ ਜਿਹੜੇ ਕੈਬਨਿਟ ਮੰਤਰੀ ਗਏ ਨੇ ਉਹਨਾਂ ਨੂੰ ਉੱਥੋਂ ਦੇ মিডিਆ ਨੇ ਇੱਕ ਪੁੱਛਿਆ ਹੈਗਾ ਉਹ ਕਹਿ ਰਹੇ ਨੇ ਇਹਦੇ ਪਿੱਛੇ ਸਿਆਸੀ ਲੋਕਾਂ ਦਾ ਹੱਥ ਆ ਯਾਰ ਕਮਾਲ ਕਰੀ ਯਾਰ ਇੰਨੇ ਭੋਲੀਆਂ ਗੱਲਾਂ ਇੰਨੀਆਂ ਨਿਆਣੀਆਂ ਗੱਲਾਂ ਸਟੇਟ ਤੇ ਹਮਲਾ ਹੋਇਆ ਉਹਨੂੰ ਮੈਡਮ ਨੂੰ ਪੁੱਛੇ ਕੋਈ ਸਰਕਾਰ ਨੂੰ ਪੁੱਛੇ ਭਈ ਸਟੇਟ ਤੇ ਹਮਲਾ ਕਿਸੇ ਨੱਥੂ ਗੈਰੇ ਦੇ ਹਮਲਾ ਨਹੀਂ ਹੋਇਆ ਜਾਂ ਮੂਸੇਵਾਲੇ ਦਾ ਕਤਲ ਨਹੀਂ ਹੋਇਆ ਜਾਂ ਸੰਦੀਨ ਅੰਬੀਆਂ ਨੰਗਲ ਦਾ ਕਤਲ ਨਹੀਂ ਹੋਇਆ ਜਾਂ ਪ੍ਰਦੀਪ ਜਿਹੜਾ ਡੇਰਾ ਪ੍ਰੇਮੀ ਉਹਦੇ ਕਤਲ ਨਹੀਂ ਹੋਇਆ ਇਸ ਸਟੇਟ ਤੇ ਆ ਜਦੋਂ ਸਟੇਟ ਤੇ ਹਮਲਾ ਹੋ ਗਿਆ ਸਟੇਟ ਦੇ ادارے ਤੇ ਹਮਲਾ ਹੋ ਗਿਆ ਇਟ ਮੀਨ ਪੰਜਾਬ ਤੇ ਹਮਲਾ ਅੱਜ ਉਦੋਂ ਇੰਟੈਲੀਜੈਂਸ ਦਫ਼ਤਰ ਤੇ ਹੋਇਆ ਸੀ ਫਿਰ ਇਹ ਸੋ ਗਿਆ ਮਤਲਬ ਤੁਸੀਂ ਇਹ ਇੰਤਜ਼ਾਰ ਕਰੋਗੇ ਕਿ ਜਿਹੜਾ ਮੇਨ ਮੁੱਖ ਮੰਤਰੀ ਦਾ ਦਫ਼ਤਰ ਉੱਥੇ ਅਟੈਕ ਹੋਊਗਾ ਤੇ ਫਿਰ ਅਸੀਂ ਕਵਾਂਗੇ ਕਿ ਨਹੀਂ ਵਾਕੇ ਕਾਨੂੰਨ ਵਿਵਸਥਾ ਸਹੀ ਆ ਵੀ ਖਰਾਬ ਆ ਇੰਨੇ ਗੈਰ ਜ਼ਿੰਮਾਵਰਾਨਾ ਜਿਹੜੇ ਬਿਆਨ ਨੇ ਇੱਕ ਪਾਸੇ ਮੰਤਰੀ ਦੇ ਆ ਗਏ ਤੇ ਪੰਜਾਬ ਦੇ ਡੀਜੀਪੀ ਵੀ ਘੱਟ ਨਹੀਂ ਮੰਨਿਆ ਸਰਕਾਰ ਦਾ ਤਜਰਬਾ ਘੱਟ ਹੈ ਪਰ ਡੀਜੀਪੀ ਨੇ ਤਾਂ ਸਵੇਪਾ ਪਹਿਲਾਂ ਬਹੁਤ ਲੰਮੇ ਸਮੇਂ ਤੋਂ ਇੱਥੇ ਕਰਦੇ ਰਹੇ ਨੇ ਬੇਸ਼ੱਕ ਹੁਣ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਬਣਿਆ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਉਹ ਵੀ ਬਹੁਤਾ ਵਜ਼ਨ ਨਹੀਂ ਰੱਖਦਾ ਉਹ ਹੀ ਨੇ ਜਦੋਂ ਤੁਸੀਂ ਸਾਰੇ ਦੇ ਸਾਰੇ ਆਪਣੇ ਮੁੱਖ ਮੰਤਰੀ ਵੀਡੀਓ ਵਾਲਾ ਮੁੱਖ ਮੰਤਰੀ ਡੀਜੀਪੀ ਵੀਡੀਓ ਵਾਲਾ ਮੁੱਖ ਮੰਤਰੀ ਲੋਕੀ ਕਹਿਣ ਲੱਗ ਪਏ ਨੇ ਠੀਕ ਹੈ ਤੁਸੀਂ ਗਰਾਊਂਡ ਤੇ ਜਨਾਚਰ ਕੰਮ ਨਹੀਂ ਨਾ ਕਰਦੇ ਆਗੇ ਹੁਣ ਫੇਸਬੁੱਕ ਤੇ ਜੋ ਮਰਜੀ ਕੱਲੀ ਚੋਲੋ ਟਵਿੱਟਰ ਤੇ ਜੋ ਮਰਜੀ ਵੀਡੀਓ ਬਣਾ ਕੇ ਪਾਈ ਚਲੋ ਉਹਦੇ ਨਾਲ ਮੇਰੀ ਜਾਨ ਮਾਲ ਰਾਖੀ ਹੋ ਜੇਗੀ ਬਤੌਰ ਅਗਰ ਮੈਂ ਡੀਜੀਪੀ ਆ ਸਟੇਟ ਦਾ ਮੈਂ ਦਿਨ ਦੇ ਵਿੱਚ 4 ਵੀਡੀਓ ਪਾ ਦਿੰਦਾ ਤੇ ਮੇਰੇ ਜਿਹੜੇ 3 ਕਰੋੜ ਪੰਜਾਬੀ ਨੇ ਉਹ ਸੇਫ ਨੇ ਮੇਰੇ ਵੀਡੀਓ ਪਾਉਣ ਦੇ ਨਾਲ ਮੈਂ ਇੰਨੀ ਸਟੇਟ ਮੈਂ ਦੇ ਦਿੰਦਾ ਬਤੌਰ ਮੁੱਖ ਮੰਤਰੀ ਕਿ ਅਸੀਂ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਠੀਕ ਹੈ ਤੇ ਉਹ ਮੇਰੇ 3 ਕਰੋੜ ਪੰਜਾਬੀ ਮਿਰਤੇ ਵਿਸ਼ਵਾਸ ਕਰ ਲੈਣਗੇ ਪੰਜਾਬ ਦੇ ਉਹ ਸਰਚ ਆਪਰੇਸ਼ਨ ਫੀਲਡ ਦੇ ਵਿੱਚ ਜਾ ਕੇ ਆਪਣੇ ਪੁਲਿਸ ਨੂੰ ਨਾਲ ਲੈ ਕੇ ਉੱਥੇ ਰੇਡਾਂ ਕਰਮੀਆਂ ਜਾਂ ਜਾ ਕੇ ਇਹ ਦਿਖਾਉਣਾ ਤਸਵੀਰਾਂ ਵੀ ਬਹੁਤ ਆਈਆਂ ਸ਼ੁਰੂ ਸ਼ੁਰੂ ਵਿੱਚ ਜਦੋਂ ਉਹਨਾਂ ਨੂੰ ਆਦਾ ਮਿਲਿਆ ਡੀਜੀਪੀ ਦਾ ਬਹੁਤ ਫੀਲਡ ਵਿੱਚ ਰਹੇ ਉਦੋਂ ਆਪਾਂ ਨੂੰ ਵੀ ਲੱਗਿਆ ਸੀ ਕਿ ਬਹੁਤ ਵਧੀਆ ਡੀਜੀਪੀ ਨੂੰ ਦਫ਼ਤਰ ਚ ਨਹੀਂ ਬਾਹਰ ਰਹਿ ਕੇ ਕੰਮ ਕਰਨਾ ਚਾਹੀਦਾ ਪਰ ਕੀ ਉਹ ਤਸਵੀਰਾਂ ਲਈ ਕੇਵਲ ਸੀ ਜਾਂ ਕੁਝ ਹੋਰ ਕਾਰਨ ਸੀ ਜਾਂ ਫਿਰ ਕਿਤੇ ਨਾ ਕਿਤੇ ਕਮੀ ਕਿਤੇ ਹੋਰ ਨਜ਼ਰ ਆ ਰਹੀ ਹੈ ਲੋਕ ਇੱਕ ਹੁੰਦਾ ਜਦੋਂ ਕੋਈ ਵੀ ਅਫਸਰ ਲੱਗਦਾ ਨਾ ਜੀ ਚਾਹੇ ਉਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਲੱਗਾ ਜੇ ਐਸਐਸਪੀ ਲੱਗਦਾ ਛੱਡੋ ਤੇ ਵੱਡੀਆਂ ਪੋਸਟਾਂ ਛੋਟਾ ਹੀ ਇੰਸਪੈਕਟਰ ਲੱਗਦਾ ਹੈਗਾ ਉਹ ਵੀ ਇੱਕ ਪਹਿਲੇ ਦਿਨ ਬਿਆਨ ਦਿੰਦਾ ਕਿ ਜਿਹੜੇ ਇਲਾਕੇ ਦੇ ਜਿਹੜੇ ਗੈਰ ਸਮਾਜਿਕ ਅਨਸਰ ਬੰਦੇ ਦੇ ਪੁੱਤ ਬਣ ਜਾਣ ਨਹੀਂ ਤੇ ਉਹਨਾਂ ਦੇ ਨਾਲ ਉਸੇ ਦੋ ਹੱਥ ਕਰਾਂਗੇ ਉਹ ਬਦਮਾਸ਼ਾਂ ਨੂੰ ਇੱਕ ਦਿਨ ਦਾ ਡਰਾਵਾ ਹੁੰਦਾ ਬਾਅਦ ਬਦਮਾਸ਼ਾਂ ਨਾ ਰਹਿ ਕੇ ਕੰਮ ਕਰਦੇ ਆਗੇ ਨੇ ਜਿਨ੍ਹਾਂ ਦੇ 2 ਨੰਬਰ ਵਾਲੇ ਹੁੰਦੇ ਨਾ ਉਹ ਸਾਰੇ ਬਾਅਦ ਪੁਲਿਸ ਦੇ ਵਿਚੋਲੇ ਹੁੰਦੇ ਨੇ ਇੱਕ ਡਰਾਵਾ ਹੁੰਦਾ ਸ਼ੋਸ਼ਾ ਹੁੰਦਾ ਕਿ ਮੈਸੇਜ ਦਿੱਤਾ ਦੇਤਾਗਾ ਕਿ ਮੈਂ ਐਸਐਚਓ ਲੱਗ ਗਿਆ ਮੈਂ ਐਸਐਸਪੀ ਲੱਗ ਗਿਆ ਗਾ ਨਾ ਠੀਕ ਹੈ ਪਰ ਸਵਾਲ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਇਹ ਮੰਨਣ ਜਾਂ ਨਾ ਮੰਨਣ ਆਮ ਆਦੀ ਪਾਰਟੀ ਦੇ ਕਹਿਣ ਤੇ ਲੋਕਾਂ ਨੇ ਮੰਨਣਾ ਜਾਂ ਨਹੀਂ ਮੰਨਣਾ ਪੰਜਾਬ ਦੀ ਜਨਤਾ ਭਲੀ-ਪਾਂਤ ਜਾਣ ਚੁੱਕੀ ਆ ਕਿ ਇਹਨਾਂ ਕੋ ਕਾਨੂੰਨ ਵਿਵਸਥਾ ਨਹੀਂ ਕੰਟਰੋਲ ਹੋ ਰਹੀ ਇਹ ਮੰਨਣਾ ਪਊਗਾ ਅਸੀਂ ਕਤਲ ਵੱਡੇ-ਵੱਡੇ ਕਤਲ ਲੋਕਾਂ ਦੇ ਹੋਗੇ ਠੀਕ ਹੈ ਜੀ ਇਹ ਕਹ ਰਹੇ ਛੋਟੀ-ਮੋਟੀ ਕਿਟਨਾਵਾ ਰੱਬ ਨਾ ਕਰੇ ਮੇਰੀ ਜ਼ਬਾਨ ਕਾਲੀ ਨਿਕਲੇ ਹੂੰ ਜੇ ਕਾਲੂ ਕਿਸੇ ਐਮਐਲਏ ਦਾ ਜਾਂ ਮੰਤਰੀ ਦਾ ਕਤਲ ਹੋ ਗਿਆ ਫਿਰ ਵੀ ਅਸੀਂ ਛੋਟੀ ਕਟਨਾਵਾ ਕਵਾਂਗੇ ਹੂੰ ਮਤਲਬ ਤੁਸੀਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਪੰਜ ਸੱਤ ਕਤਲ ਹੋਏ ਨੇ ਉਹਨੂੰ ਛੋਟੀਆਂ ਘਟਨਾਵਾਂ ਮੰਨਦੇ ਹੋਗੇ ਇੰਟੈਲੀਜੈਂਸ ਦੇ ਦਫ਼ਤਰ ਦੇ ਅਟੈਕ ਹੋਣਾ ਛੋਟੀ ਘਟਨਾਵਾਂ ਆ ਗਿਆ ਥਾਣੇ ਤੇ ਹਮਲਾ ਹੋਣਾ ਛੋਟੀ ਘਟਨਾਵਾਂ ਤੇ ਅਸੀਂ ਉਦੋਂ ਹੀ ਮੰਨਾਂਗੇ ਕਿ ਜਦੋਂ ਕਿਸੇ ਪਾਰਟੀ ਦਾ ਲੀਡਰ ਦੀ ਕਤਲ ਹੋਊਗਾ ਤਾਂ ਫੇਰ ਕਹਾਂਗੇ ਨਹੀਂ 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 ਨਾ ਫੇਰ ਕੀ ਕਹਾਂਗੇ ਇਸ ਕਰਕੇ ਮਿਲ ਆਦੇ ਨਿਆਣੀਆਂ ਗੱਲਾਂ ਕਰਦੇ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗਸਟਰ ਵੱਧ ਰਹੇ ਨੇ ਆਪਾਂ ਇਹ ਵੀ ਮੰਨਦੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਦੋਸ਼ੀ ਨੇ ਉਹਦੇ ਚ ਕਾਲੀ ਦਲ ਵਾਲੇ ਵੀ ਦੋਸ਼ੀ ਨੇ ਕਾਂਗਰਸ ਵੀ ਦੋਸ਼ੀ ਨੇ ਪਰ 9 ਮਹੀਨੇ ਤੇ ਤੁਹਾਨੂੰ ਵੀ ਹੋ ਗਏ ਠੀਕ ਹੈ ਔਰ ਪੰਜਾਬ ਵਿੱਚ ਐਕਸਟਰਸ਼ਨ ਬਣੀ ਇੰਨੀ ਜਿਆਦਾ ਵੱਧ ਚੁੱਕੀ ਆ 6 ਮਹੀਨਿਆਂ ਦੇ ਵਿੱਚ 60 ਲੋਕਾਂ ਨੇ ਕਿਹਾ ਕਿ ਸਾਡੇ ਕੋਲ ਪੈਸੇ ਮੰਗੇ ਗਏ ਨੇ ਬਹੁਤ ਸਾਰੇ ਜਿਹੜੇ ਲੋਕ ਥਾਣਿਆਂ 'ਚ ਚਲ ਗਏ ਜਿਹੜੇ ਥਾਣਿਆਂ 'ਚ ਗਏ ਨੇ ਉਹਨਾਂ ਦੇ ਕਤਲ ਹੋ ਗਏ ਜਿਹੜਾ ਮੁੰਡਾ ਨੂਰਮਹਿਲ ਵਾਲਾ ਵਪਾਰੀ ਉਠਾਣੇ ਗਿਆ ਗਨਮਹਿਲ ਹੈ ਨਕੋਦਰ ਵਾਲਾ ਠੀਕ ਹੈ ਉਹ ਥਾਣੇ ਗਿਆ ਗਨਮਹਿਲ ਲੈ ਆ ਉਹਦਾ ਕਤਲ ਹੋ ਗਿਆ ਨਾਲ ਵਿਚਾਰਾ ਸਿਪਾਹੀ ਵੀ ਮਾਰਿਆ ਗਿਆ ਤੇ ਲੋਕ ਡਰ ਗਏ ਉਹ ਲੋਕ ਕਹਿੰਦੇ ਇਹਦੇ ਨਾਲ ਇੱਕ ਸਟੋਰਸ਼ਨ ਮਣੀ ਦੇ ਦੋ ਜਿਆਦਾ ਚੰਗਾ ਕਿ ਜਾਨ ਬਚ ਜੂਗੀ ਪੈਸਿਆਂ ਦਾ ਕੀ ਗੱਲ ਕੋਈ ਗੱਲ ਨਹੀਂ ਪੈਸੇ ਤੇ ਹੱਥਾਂ ਦੀ ਮਹਿਲ ਆ ਅੱਜ ਹੈ ਕੱਲ ਨਹੀਂ ਹੈ ਪਰਸੋਂ ਆ ਜਾਣਗੇ ਹੁਣ ਤੇ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਨੂੰ ਜਾਣ ਕਰ ਦੱਸਦੇ ਨੇ ਉੱਥੇ ਵੀ ਲੋਕਾਂ ਕੋਲੋਂ ਐਕਸਟਰਸ਼ਨ ਮਣੀ ਮੰਗਣੀ ਸ਼ੁਰੂ ਕਰ ਦਿੱਤੀ ਕਿਉਂਕਿ ਪੰਜਾਬ ਇੱਕ ਖਾਂਦਾ ਪਿੰਦਾ ਸਟੇਟ ਆ ਕਿਸੇ ਨਾ ਕਿਸੇ ਤੀਜੇ ਚੌਥੇ ਘਰ ਦਾ ਇੱਕ ਬੰਦਾ ਬੱਚਾ ਬਾਹਰ ਬੈਠਾ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਇੰਗਲੈਂਡ ਔਰ ਘਰਾਂ ਦੇ ਵਿੱਚ ਵੱਡੀਆਂ-ਵੱਡੀਆਂ ਅੱਜ ਕੱਲ ਪਿੰਡਾਂ ਦੇ ਵਿੱਚ ਪਹਿਲਾਂ ਤੇ ਇੱਕ ਵਿੱਚ ਬਰਾਂਡਾ ਸਾਈਡ ਤੇ ਬੈਠ ਕਾ ਵੇੜਾ ਹੁਣ ਲੋਕਾਂ ਨੇ ਪਿੰਡਾਂ ਦੇ ਵਿੱਚ ਵੀ ਮਹਿਲ ਪਾ ਲਏ ਉੱਥੇ ਵੀ ਫੋਰਚਨਰ ਗੱਡੀ ਖੜੀ ਆ ਥਾਰ ਗੱਡੀ ਖੜੀ ਆ ਅਨੋਵਾ ਖੜੀ ਆ ਹਰ ਘਰ ਚ ਹੈ ਉੱਥੇ ਵੀ ਹੁਣ ਪੈਸੇ ਮੰਗਣੇ ਸ਼ੁਰੂ ਕਰਤੇ ਜਿਹੜੇ ਐਕਸਟਰੈਕਸ਼ਨ ਚਾਹੇ ਉਹਦੇ ਚ ਕਹਿ ਲੋ ਗੈਂਗਸਟਰ ਕਹਿ ਲੋ ਜਾਂ ਗੁੰਡਾ ਕਿਸਮ ਦੇ ਲੋਕ ਕਹਿ ਲੋ ਜਾਂ ਜਿਹੜੇ ਇਲਾਕੇ ਦੇ ਜਿਹੜੇ ਲੁਟੇਰੇ ਹੁੰਦੇ ਨੇ ਲੁੱਟ ਖੋਹ ਕਰਨ ਵਾਲੇ ਉਹ ਹਰ ਇੱਕ ਉਹ ਦੇਸੀ ਕੱਟਾ ਹੈ ਡੀਜੀਪੀ ਤਾਂ ਕਹਿ ਰਿਹਾ ਸੀ ਕਿ ਲਾਇਸੈਂਸੀ ਹਥਿਆਰ ਜਿਨ੍ਹਾਂ ਦੇ ਤੁਸੀਂ ਲਾਇਸੈਂਸੀ ਹਥਿਆਰ ਚੈੱਕ ਕੀਤੇ ਕੋਈ ਮਰਡਰ ਹੋਇਆ ਇਹ ਹੁਣ ਇਹ ਜਿਹੜੇ ਇਹ ਜਿਹੜਾ ਹੁਣ ਹੋਇਆ ਆਰਪੀਜੀ ਦੇ ਨਾਲ ਹਮਲਾ ਇਹ ਕੋਈ ਲਾਇਸੈਂਸ ਹੀ ਕਿਤੇ ਸਭ ਤੋਂ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਸੰਦੀਪ ਕੇ ਯਾਰ ਇਹ ਆ ਕਿੱਥੋਂ ਰੇ ਨੇ ਇਹ ਪੰਜਾਬ ਚ ਵੜ ਰਹੇ ਨੇ ਮੱਲਿਆ ਰਵਾਲਵਰ ਮਿਲ ਗਿਆ ਪਿਸਤੌਲ ਮਿਲ ਗਿਆ ਤੁਸੀਂ ਲੈ ਆਂਦਾ ਯੂਪੀ ਚੋਂ ਮਧ ਪ੍ਰਦੇਸ਼ ਚੋਂ ਕੱਟੇ ਲੈ ਆਂਦੇ ਹੈਗੇ ਪਰ ਇਹ ਕਿੱਥੋਂ ਆਇਆ ਇੱਕ ਪਹਿਲਾਂ ਇੱਕ ਆ ਖੁਦਾ ਨਾ ਖਾਸ ਕਰ ਜਾਣ ਬਚ ਗਈ ਮੁਲਾਜ਼ਮਾਂ ਦੀ ਪਰ ਆਏ ਕਿੱਥੋਂ ਯਾਰ ਮਤਲਬ ਅਤਵਾਦ ਦੇ ਦੌਰਾਨ ਵੀ ਏਕੇ 47 ਜਦੋਂ ਵਾਈਆਂ ਸੀ ਜਾਂ ਐਲ ਐਲ ਐਮ ਜੀ ਆਈ ਸੀ ਐਮ ਐਮ ਜੀ ਆਏ ਉਦੋਂ ਵੀ ਪੰਜਾਬ ਚਿੰਤਾ ਦੇ ਵਿੱਚ ਹੀ ਹੂੰ ਉਹ ਤੇ ਰਾਕਟ ਆ ਗਏ ਹੂੰ ਔਰ ਰਾਕਟ ਦੀ ਮਾਰ ਬੜੀ ਦੂਰ ਤੱਕ ਹੁੰਦੀ ਹੈ ਹੂੰ ਤੇ ਉਹ ਕਿੱਥੋਂ ਆ ਗਏ ਯਾਰ ਕਿਹੜਾ ਇਹ ਕੋਈ ਹੈ ਤਾਂ ਨਹੀਂ ਹੈ ਕਿ ਉਹ ਛੋਟਾ ਕੋਈ ਕੋਈ ਕਾਰਤੂਸ ਹੈ ਕਿ ਜੇਬ ਚ ਪਾ ਕੇ ਲੈਣ ਦੀ ਇਹ ਤਾਂ ਆਈ ਹੈ ਜਾਂ ਇੱਥੇ ਬਣੀ ਆ ਗਈ ਇਸ ਕਰਕੇ ਸਰਕਾਰ ਨੂੰ ਜਿਹੜੀਆਂ ਇਹ ਹੋਇਆ ਨਾ ਛੋਟੀਆਂ ਜੀਆਂ ਕਹੇ ਦੇਣਾ ਕਿ ਛੋਟੀਆਂ ਕਿਡਣਾਵਾ ਉਹਨਾਂ ਤੋਂ ਗ੍ਰੇਜ਼ ਕਰਨਾ ਜਿਹੜਾ ਸੀਰੀਅਸ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਜਿਸ ਜਿਸ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਤੌਰ ਗ੍ਰਹਿ ਮੰਤਰੀ ਸਾਰੇ ਅਫਸਰਾਂ ਦੀ ਮੀਟਿੰਗ ਕਰਨਾ ਚਾਹੀਦੀ ਹੈ ਗਿਆ ਜਿਹੜੇ ਅਫਸਰ ਫੀਲਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਚੰਗਾ ਕੰਮ ਦੋ ਜਿਹੜੇ ਨਲਾਇਕ ਨੇ ਉਹਨਾਂ ਨੂੰ ਖੁੱਡੇ ਲਾਈ ਲਾਓ ਠੀਕ ਹੈ ਇਹੋ ਜੇ ਨਲਾਇਕ ਅਫਸਰਾਂ ਕਰਕੇ ਪੰਜਾਬ ਦਾ ਨੁਕਸਾਨ ਹੋ ਜਾਊਗਾ ਔਰ ਮੈਨੂੰ ਤਾਂ ਹੈਰਾਨੀ ਆ ਕਿ ਜਿਹੜਾ ਤਰਨਤਾਰ ਜਿਨ੍ਹਾਂ ਨੂੰ ਐਸਐਸਪੀ ਲਾਇਆ ਗੁਰਮੀਤ ਚੋਹਾਨ ਬڑے ਕਾਬਲ ਅਫਸਰ ਨੇ ਉਹਨਾਂ ਨੇ ਗੈਂਗਸਟਰ ਵਾਤੇ ਬਹੁਤ ਕੰਮ ਕੀਤਾਗਾ ਔਰ ਉਹਨਾਂ ਨੇ ਲੋਕਾਂ ਨੇ ਜਿਹੜੇ ਕਿਉਂਕਿ ਅੱਜਕੱਲ ਪੁਲਿਸ ਨੇ ਇੱਕ ਨਵੀਂ ਟਰਮ ਦਿੱਤੀ ਹੈਗੀ ਹੈ ਨਾਰਕੋਟਿਜ਼ਮ ਜਿਹਦੇ ਨਸ਼ੇ ਵੀ ਹੱਤਵਾਦ ਵੀ ਹੈ ਗੈਂਗਸਟਰ ਵੀ ਔਰ ਜਿਹੜਾ ਬੰਦਾ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਵਿੱਚ ਫੜਨ ਦੇ ਵਿੱਚ ਮਾਇਰ ਆ ਉਹਨਾਂ ਨੂੰ ਉਹਨਾਂ ਨੇ ਛਗਣ ਪਾਤਾ ਮਤਲਬ ਪੁਲਿਸ ਸੁੱਤੀ ਹੋਈ ਆ ਨਾ ਤੁਸੀਂ ਪੰਜਾਬ ਦੀ ਸਟੇਟ ਦੀ ਸਵਾ ਤੁਹਾਡੇ ਕੋਈ ਇੰਟੈਲੀਜੈਂਸ ਸਹੀ ਇਨਪੁਟ ਹੈਗੀ ਆ ਜਿਹੜੇ ਜਿਵੇਂ ਇੰਟੈਲੀਜੈਂਸ ਸਾਰੇ ਪੰਜਾਬ ਦੀ ਰਾਖੀ ਕਰਨੀ ਆ ਉਹਨਾਂ ਦੇ ਦਫ਼ਤਰ ਤੇ ਹਮਲਾ ਹੋ ਗਿਆ ਸੀ ਫਿਰ ਤਰਨਤਾਲ ਤੇ ਹਮਲਾ ਹੋ ਗਿਆ ਤੁਹਾਡੀ ਇੰਟੈਲੀਜੈਂਸ ਕਿੱਥੇ ਆ ਤੁਸੀਂ ਸੈਂਟਰ ਵਾਲਿਆਂ ਨੂੰ ਬਲੇਮ ਕਰ ਸਕਦੇ ਹੋ ਜਿੱਤ ਅਜ ਅਨਮੋਲ ਗਗਨਮਾਨ ਕਹਿੰਦਾ ਕਿ ਇਹਦੇ ਪਿੱਛੇ ਸਿਆਸੀ ਪਾਰਟੀਆਂ ਜੀ ਹੋ ਸਕਦਾ ਉਹਨਾਂ ਕਿਹੜੀ ਸਿਆਸੀ ਪਾਰਟੀ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਬੀਬੀ ਨੂੰ ਸਟੇਟਮੈਂਟ ਗਲਤ ਹੈ ਮਾਫੀ ਮੰਗਣੀ ਚਾਹੀਦੀ ਹੈਗੀ ਤੁਸੀਂ ਐਵੇਂ ਇਹ ਹਲਕੀ ਸਟੇਟਮੈਂਟ ਦਾ ਕੇ ਕੋਈ ਮਨ ਪਰਚਾਵਾ ਕੋਈ ਪੰਜਾਬੀ ਫਿਲਮ ਹੈ ਜਾਂ ਪੰਜਾਬੀ ਗਾਣੇ ਜਿਹਦੇ ਚ ਇੱਕ ਸੀਰੀਅਸ ਮਸਲਾ ਹੈ ਬਾਜਤੂ ਹੀ ਕਹ ਉਹ ਕਹੀ ਕੈਰੀ ਹੋਣ ਜੱਟਾ ਮੈਡਮ ਦੇਖਣ ਦੀ ਫਿਲਮ ਉਹ ਗਨੇ ਇਹਨਾਂ ਨੂੰ ਸੀਰੀਅਸ ਹੋਣਾ ਪੈਣਾ ਸਾਰੇ ਮੰਤਰੀ ਇਹਨੂੰ ਬੇ ਉਧਰੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਔਰ ਇਸ ਮਸਲੇ ਚ ਤੁਰੰਤ ਸਾਰੇ ਅਫਸਰਾਂ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਪੰਜਾਬ ਅੱਗੇ ਕਾਰੋਬਾਰ ਦੇ ਪਿੱਛੇ ਬਹੁਤ ਜ਼ਿਆਦਾ ਪਛੜ ਗਿਆ ਹੈਗਾ ਤੇ ਜੇ ਇਦਾਂ ਦਾ ਮਾਹੌਲ ਰਹੂਗਾ ਕਤਲ ਹੋਣਗੇ ਐਕਸਟਰੋਸ਼ਨ ਪਣੀ ਮੰਗੀਆਂ ਜਾਣਗੀਆਂ ਥਾਣਿਆਂ ਤੇ ਪੁਲਿਸ ਹੈੱਡਕੁਆਟਰਾਂ ਤੇ ਹਮਲੇ ਹੋਣਗੇ ਤੇ ਕੋਈ ਵੀ ਜਿਹੜਾ ਉਦਯੋਗ ਜਿੰਨੇ ਲਗਾਉਣਾ ਵਪਾਰੀ ਉਹ ਪੰਜਾਬ ਵੱਲ ਮੂੰਹ ਨਹੀਂ ਕਰੂਗਾ ਇੱਕ ਮਸਲਾ ਰਿਹਾ ਕਿ ਸੂਬੇ ਦਾ ਕਿ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਨਹੀਂ ਸੰਭਲ ਰਿਹਾ ਇੱਕ ਸਿਆਸੀ ਪਾਰਟੀ ਵਿੱਚ ਵੀ ਕੁਝ ਨਹੀਂ ਸੰਭਲ ਰਿਹਾ ਪਹਿਲਾਂ ਬੀਬੀ ਜਗੀਰ ਕੌਰ ਤੇ ਹੁਣ ਜਗਮੀਤ ਸਿੰਘ ਬਰਾੜ ਦਾ ਨੰਬਰ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੀਆਂ ਆਪਣੀਆਂ ਦਲੀਲਾਂ ਪ੍ਰਧਾਨ ਦੀਆਂ ਆਪਣੀਆਂ ਦਲੀਲਾਂ ਪਰ ਇਹ ਜਿਹੜਾ ਕੁਝ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਅੰਦਰ ਖਾਤੇ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਾਹਰ ਆ ਗਈਆਂ ਇਹ ਕਿੱਧਰ ਨੂੰ ਜਾਏਗਾ ਮੋ ਕਾਲੀ ਦਲ ਦੇ ਅਸਲ ਚ ਜ਼ੀਰੋ ਪਾਰਟੀ ਹੋ ਚੁੱਕੀ ਹੈ ਔਰ ਜ਼ੀਰੋ ਚ ਮਾਈਨਸ ਜ਼ੀਰੋ ਕਰੋ ਉਹਦਾ ਜ਼ੀਰੋ ਰਹਿੰਦਾ ਜਾਂ ਜ਼ੀਰੋ ਨੂੰ ਗੁਣਾ ਵੀ ਕਰ ਲੋ ਤਾਂਦੇ ਵੀ ਜ਼ੀਰੋ ਰਹਿਣਾ ਜ਼ੀਰੋ ਨੂੰ ਜ਼ੀਰੋ ਨਾਲ ਭਾਗ ਕਰੋ ਤਾਂਦੇ ਵੀ ਜ਼ੀਰੋ ਨਾ ਕਾਲੀ ਦਲ ਦਾ ਓਵਰ ਹਾਲ ਹੋ ਗਨੇ ਕਾਲੀ ਦਲ ਉਸ ਹਾਸ਼ੀਏ ਤੇ ਜਾ ਚੁੱਕਾਗਾ ਜਿਹੜਾ ਇਹਨਾਂ ਨੂੰ ਕੋਈ ਸਮਝ ਨਹੀਂ ਲੱਗ ਰਹੀਏ ਮੈਨੂੰ ਤਾਂ ਲੱਗਦਾ ਸੁਭੀ ਸਿੰਘ ਬਾਦਲ ਦੇ ਸਲਾਹਕਾਰ ਮਰਵਾ ਰਹੇ ਨੇ ਹੂੰ ਜਾਫਰ ਉਹ ਪਾਰਟੀ ਡੋਬਰੇ ਨੇ ਸੁਭੀ ਸਿੰਘ ਬਾਦਲ ਨੂੰ ਇਹ ਵੀ ਨਹੀਂ ਸਮਝਲਾਈ ਮੈਨੂੰ ਲੱਗਦਾ ਸੁਭੀ ਸਿੰਘ ਬਾਦਲ ਨੇ ਕਹਿ ਦਿੱਤਾ ਨਾ ਯਾਰ ਜਿਹਨੂੰ ਕੱਢਣਾ ਕੱਢੋ ਜਿਹਨੂੰ ਰੱਖਣਾ ਤੁਸੀਂ ਰੱਖ ਲਓ ਕਿਉਂਕਿ ਪਾਰਟੀ ਦੇ ਵਿੱਚ ਡੈਮੋਕਰੈਟਿਕ ਜਿਹੜੀ ਪ੍ਰਣਾਲੀ ਹੁੰਦੀ ਹੈ ਲੋਕਤੰਤਰ ਪ੍ਰਣਾਲੀ ਉਹਦਾ ਕਤਲ ਹੋ ਚੁੱਕਾ ਜਦੋਂ ਬੀਬੀ ਜ਼ਗੀਰ ਕੌਰ ਨੇ ਕਿਹਾ ਇਹ ਮੈਂ ਇਲੈਕਸ਼ਨ ਲੜਨੀ ਆਗੀ ਉਹਨਾਂ ਨੇ ਪਾਰਟੀ ਤੋਂ ਬਾਹਰ ਕੱਢ ਕੇ ਮਾਰਤਾ ਗਾ ਕਾਦੀ ਤੁਹਾਡੀ ਡੈਮੋਕਰੇਟੀ ਡੈਮੋਕਰੈਟਿਕ ਪਾਰਟੀ ਆ ਤੁਸੀਂ ਆਪਣੇ ਆਪ ਨੂੰ ਕਹਿੰਦੇ ਕਿ ਸਭ ਤੋਂ ਪੁਰਾਣੀ ਪਾਰਟੀ ਹਿੰਦੁਸਤਾਨ ਦੇ ਵਿੱਚ ਦੋ ਪਾਰਟੀਆਂ ਪੁਰਾਣੀਆਂ ਨੇ ਨੰਬਰ 1 ਤੇ ਕਾਂਗਰਸ ਨੰਬਰ 2 ਤੇ ਸ਼ਰੋਮੀ ਕਾਲੀ ਦਲ ਦੋਨੇ ਅੱਜ ਕੱਲ ਧਰਤੀ ਦੇ 400 ਫੁੱਟ ਥਲੇ ਚਲ ਗਈਆਂ ਗਿਆ ਜਿਹੜੀ ਪਾਰਟੀ ਦੀ ਜੜ੍ਹਾਂ ਲੱਗੀਆਂ ਜੜ੍ਹਾਂ ਲੱਗੀਆਂ ਸੀ ਉਹ ਜੜ੍ਹਾਂ ਹੀ ਖਤਮ ਹੋ ਗਈਆਂ ਉਹਨਾਂ ਨੂੰ ਕੋਣ ਲੱਗ ਚੁੱਕਾ ਗਿਆ ਤੁਸੀਂ ਬੀਬੀ ਜ਼ਗੀਰ ਕੌਰ ਨੂੰ ਕੱਢ ਕੇ ਕੀ ਪਪਾਲਿਆ ਸੀ ਤੁਹਾਨੂੰ ਕੀ ਕਾਮਯਾਬੀ ਮਿਲ ਗਈ ਸੀ ਵੀ ਵੀ ਤੁਹਾਡੇ ਪਾਰਟੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੜਾ ਹੱਥੀਂ ਸ਼ਾਵਾ ਕੀਤਾ ਕਿਨੇ ਤੁਹਾਡੇ ਫੁੱਲਾਂ ਤੇ ਹਾਰ ਪਾ ਤੇ ਤੁਹਾਨੂੰ ਤੁਹਾਡੀ ਬਹੁਤ ਸੇਵਾ ਕੀਤੀ ਬਹੁਤ ਆਉ ਭਗਤ ਕੀਤੀ ਕੀ ਕੀਤਾ ਠੀਕ ਹੈ ਹੁਣ ਤੁਸੀਂ ਜਗਮੀਤ ਸਿੰਘ ਬਰਾੜ ਨੂੰ ਕੱਢਤਾ ਹੈ ਇਸ ਕਾਰਵਾਈ ਤਾਂ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਆਪਣੇ ABC ਤੇ ਇੰਟਰਵਿਊ ਦਿੰਦੇ ਆ ਕਹਿੰਦੇ ਨੇ ਹੱਥ ਜੋੜਦੇ ਆ ਕਹਿੰਦੇ ਗਲਤੀਆਂ ਬਹੁਤ ਹੋ ਗਈਆਂ ਸਾਡੇ ਤੋਂ ਅਸੀਂ ਇਹ ਜੇ ਲੀਡਰਾਂ ਨੂੰ ਫਿਰ ਆਪਣੀ ਪਾਰਟੀ ਚ ਲੈ ਜਾਂਦੇ ਆ ਮੈਨੂੰ ਲੱਗਦਾ ਕਿ ਹੋਈ ਨਾ ਕਿ ਹੁਣ ਹੱਥ ਨਾ ਆਪੜੇ ਥੂ ਕੌੜੀ ਹੁਣ ਜਿਹਨੂੰ ਮਰਜ਼ੀ ਕੱਢ ਲੈਣੋ ਹੈ ਨਾ ਹੁਣ ਅਮਰਪਾਲ ਬੋਨੀ ਨੂੰ ਕੱਢ ਦਿੱਤਾ ਗਿਆ ਫਿਰ ਉਹਨੂੰ ਮਨਾਉਣ ਕਿਉਂ ਜਾਂਦੇ ਸਾਰਾ ਲਾਣੇ ਦਾ ਲਾਣਾ ਅਮਰਪਾਲ ਬੋਨੀ ਨੂੰ ਮਨਾਉਣ ਚੱਲ ਗਏ 2022 ਦੀ ਇਲੈਕਸ਼ਨ ਚ ਠੀਕ ਹੈ ਉਹ ਮੈਨੂੰ ਲੱਗਦਾ ਕਿ ਸ਼੍ਰੋਮਣੀ ਕਾਲੀ ਦਲ ਦੇ ਹਾਲਾਤ ਬਹੁਤ ਮਾੜੇ ਨੇ ਇਹ ਨਹੀਂ ਬੰਦਾ ਗਲਤੀਆਂ ਤੋਂ ਸਿੱਖਦਾ ਪਰ ਸ਼੍ਰੋਮਣੀ ਕਾਲੀ ਦਲ ਪਾਰਟੀ ਜਿਹੜੀ ਗਲਤੀਆਂ ਤੋਂ ਗਲਤੀਆਂ ਕਰੀ ਜਾ ਰਹੀ ਹੈਗੀ ਕੰਦੇ ਤੇ ਪੜਿਆ ਲਿਖਿਆ ਨਹੀਂ ਲਿਖਿਆ ਨਹੀਂ ਪੜ ਰਿਹਾ ਹੈ ਕਿਉਂਕਿ ਇਹਨਾਂ ਦੇ ਹੁਣ ਪੈਰ ਤੇ ਲੱਗ ਨਹੀਂ ਰਿਹਾ ਨਹੀਂ ਲੱਗਣੀ ਔਰ ਤੁਸੀਂ ਜਗਮੀਤ ਸਿੰਘ ਬਰਾੜ ਨੂੰ ਕੱਢ ਕੇ ਜਾਂ ਬੀਬੀ ਜਗੀਰ ਕੌਰ ਨੂੰ ਕੱਢ ਕੇ ਤੁਹਾਨੂੰ ਮਿਲਿਆ ਕੀ ਠੀਕ ਹੈ ਔਰ ਇਹਦਾ ਨੁਕਸਾਨ ਪਾਰਟੀ ਦਾ ਹੋਵੇਗਾ ਤੁਸੀਂ ਆਪਣੇ ਖਿਲਾਫ ਕੋਈ ਆਵਾਜ਼ ਸੁਣ ਕੇ ਰਾਜ਼ੀ ਨਹੀਂ ਹਮ ਮਤਲ ਤੁਸੀਂ ਤੁਹਾਡੇ ਇੰਨਾ ਕੀ ਜਿਗਰਾ ਹੈਗਾ ਤੁਸੀਂ ਇੰਨੀ ਕੀ ਲੋਕਤੰਤਰ ਪ੍ਰਣਾਲੀ ਔਰ ਤੁਸੀਂ ਤੇ ਆਪਣੇ ਨੂੰ ਪੰਥ ਦੀ ਪਾਰਟੀ ਤੇ ਪੰਥ ਦੇ ਵਿੱਚ ਤੇ ਸਮਾਜ ਦਾ ਸਭ ਤੋਂ ਪਹਿਲਾ ਕਨਸੈਪਟ ਆ ਠੀਕ ਹੈ ਤੇ ਤੁਸੀਂ ਉਹ ਬੰਦਾ ਕਿੰਨੇ ਇਹ ਸਵਾਲ ਨਹੀਂ ਹੋਣਾ ਚਾਹੀਦਾ ਹੈ ਜੀ ਵਿਵਾਦ ਨੂੰ ਤਾਂ ਬਿਲਕੁਲ ਹੀ ਚੱਲਦੇ ਸਾਡੇ ਸੁਬੀਰ ਸਿੰਘ ਬਾਦਲ ਬਾਰੇ ਕੋਈ ਬੋਲ ਜੇ ਸਾਨੂੰ ਬਰਦਾਸ਼ਤ ਨਹੀਂ ਆਗਾ ਜੀ ਠੀਕ ਹੈ ਤੇ ਜੇ ਸੁਬੀਰ ਸਿੰਘ ਬਾਦਲ ਮਗਰੋਂ ਬੋਲਦੇ ਨੇ ਪਹਿਲਾਂ ਸੁਬੀਰ ਸਿੰਘ ਬਾਦਲ ਦੇ ਸਲਾਹ ਕਰਕੇ ਆ ਜਾਂਦੇ ਇੱਕ ਵਾਲ ਨਹੀਂ ਬਣਾਈਂਦੇ ਡਿਫੈਂਸ ਵਾਲ ਠੀਕ ਹੈ ਹੁਣ ਡਿਫੈਂਸ ਵਾਲ ਬਣਾਉਣ ਦਾ ਕੀ ਫਾਇਦਾ ਹੈ ਜੇ ਤੁਹਾਡਾ ਗੋਲਚੀ ਨਹੀਂ ਆਗਾ ਗੋਲ ਤੇ ਗੋਲ ਹੋ ਰਹੇ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਰੋਮ ਨਹੀਂ ਕਾਲੀਦਲ ਦੇ ਫਿਲਹਾਲ ਪੈਰ ਨਹੀਂ ਲੱਗਦੇ ਹੈਗੇ ਬੰਦੇ ਕੱਢਣ ਦੇ ਨਾਲ ਪਾਰਟੀਆਂ ਜੀਂਦੀਆਂ ਨਹੀਂ ਹੁੰਦੀਆਂ ਬੰਦਿਆਂ ਨਾਲ ਪਾਰਟੀਆਂ ਹੁੰਦੀਆਂ ਨੇ ਬੰਦਿਆਂ ਨਾਲ ਪਾਰਟੀਆਂ ਚੱਲਦੀਆਂ ਨੇ ਤੇ ਜੇ ਤੁਹਾਨੂੰ ਲੱਗਦਾ ਸੀ ਜਗਮੀਤ ਸਿੰਘ ਬਰਾੜ ਇੰਨੇ ਮਾੜੇ ਉਹਨੂੰ ਲਿਆ ਕਿਉਂ ਉਹਨੂੰ ਟਿਕਟ ਕਿਉਂ ਦਿੱਤੀ ਉਦੋਂ ਤੇ ਸਿਕੰਦਰ ਸਿੰਘ ਮਲੂਕਾ ਵੀ ਵਿਰੋਧ ਕਰਦੇ ਸੀ ਸਿਕੰਦਰ ਸਿੰਘ ਮਲੂਕਾ ਚਾਹੁੰਦੇ ਸੀ ਕਿ ਉਹ ਮੋੜ ਤੋਂ ਲੜਨਾ ਸੀ ਲੇਕਿਨ ਫਿਰ ਉਦੋਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਟਿਕਟ ਦੇ ਦਿੱਤੀ ਹੈਗੇ ਜਗਮੀਤ ਸਿੰਘ ਬਰਾੜ ਨੂੰ ਅੱਜ ਜਗਮੀਤ ਸਿੰਘ ਬਰਾੜ ਬੁਰਾ ਲੱਗ ਰਿਹਾ ਪਿਆ ਜਿਹੜਾ ਵੀ ਪਾਰਟੀ ਦੇ ਵਿੱਚ ਏਕਤਾ ਦੀ ਗੱਲ ਕਰ ਰਿਹਾ ਇਸ ਸਮੇਂ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਉਹ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਕੱਲ ਨੂੰ ਅਮਰਪਾਲ ਸਿੰਘ ਬੌਨੀ ਨੂੰ ਕੱਢ ਦੇਣਗੇ ਠੀਕ ਹੈ ਉਹਦੇ ਨਾਲ ਹੱਲ ਨਹੀਂ ਕੋਈ ਹੈਗਾ ਪਾਰਟੀ ਤਾਂ ਢੀ ਇੱਥੇ ਹੀ ਆ ਤੇ ਇੱਥੇ ਹੀ ਰਹਿਣੀ ਹੈਗੀ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਕਿ ਸ਼੍ਰੋਮਣੀ ਕਾਲੀ ਦਲ ਭਟਕ ਚੁੱਕੀ ਆ ਇੱਕ ਪਾਸੇ ਤੇ ਜਿੱਦਾਂ ਕਾਂਗਰਸ ਪਾਰਟੀ ਭਾਰਤ ਜੋੜੋ ਦੀਆਂ ਗੱਲਾਂ ਕਰਦੀ ਉਹਨੂੰ ਵੀ ਪਾਰਟੀ ਜੋੜਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਕਾਲੀ ਦਲ ਨੂੰ ਵੀ ਪੰਤ ਘੱਟਾ ਕਰਨ ਦੀ ਲੋੜ ਆ ਇਹਨਾਂ ਨੂੰ ਵੀ ਪਾਰਟੀ 'ਚ ਬੰਦੇ ਰੱਖਣ ਦੀ ਲੋੜ ਆ ਤੇ ਜੇ ਤੁਸੀਂ ਐਦਾਂ ਕੱਢਣ ਕਢਾਉਣ ਦੇ ਨਾਲ ਸਰਵਾਈਵਲ ਹੋ ਜਾਓਗੇ ਉਹ ਤੇ ਗੱਲ ਨਹੀਂ ਬੰਨੀ ਮਤਲਬ ਜਗਮੀਤ ਬਰਾੜ ਨੂੰ ਕਰਤਾ ਜਾਂ ਬੀਬੀ ਜ਼ਗੀਰ ਕੌਰ ਨੂੰ ਕੱਢ ਕੇ ਤੁਹਾਨੂੰ ਕੋਈ ਸੰਜੀਵ ਨਹੀਂ ਬੂਟੀ ਤੇ ਮਿਲ ਨਹੀਂ ਗਈ ਹੈਗੀ ਔਰ ਤੁਹਾਡੇ ਚ ਇਹਨਾਂ ਦੇ ਮਾਦਾ ਹੋਣਾ ਚਾਹੀਦਾ ਨਾ ਕਿ ਜੇ ਪਾਰਟੀ ਦੇ ਵਿੱਚ ਕੁਝ ਗਲਤ ਹੋ ਰਿਹਾ ਤੇ ਜੇ ਕਿਸੇ ਨੇ ਕਹਿ ਦਿੱਤਾਗਾ ਤੇ ਉਹਨੂੰ ਸੁਣਨ ਦਾ ਮਾਦਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਤਮ ਹੋ ਚੁੱਕਾ ਹੈਗਾ ਹੁਣ ਸੁਖਬੀਰ ਸਿੰਘ ਬਾਦਲ ਹੁਕਮ ਚਾੜ ਦਿੰਦੇ ਆ ਕਿ ਉਹਨਾਂ 99 ਸ਼ਾਸਨਿਕ ਕਮੇਟੀ ਬੈਠ ਜਾਂਦੀ ਆ ਉਹਨਾਂ ਸ਼ਾਸਨਿਕ ਕਮੇਟੀ ਪਹਿਲੇ ਹੀ ਕੱਢ ਦਿੰਦੀ ਠੀਕ ਹੈ ਜਗਮੀਤ ਸਿੰਘ ਬਰਾੜ ਨਹੀਂ ਆਏ ਜਿਹੜਾ ਉਹ ਅਕਾਲ ਤਖਤ ਸਾਹਿਬ ਦੇ ਜਾ ਕੇ ਪੇਸ਼ ਹੋਏ ਉਹਨੂੰ ਜਾਂ ਸ਼ਰੂਮਣੀ ਕਮੇਟੀ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋ ਜਾਂਦੇ ਉਹੋ ਜਿਹਾ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਅੱਗੇ ਪੇਸ਼ ਹੋ ਗਏ ਮੈਨੂੰ ਲੱਗਦਾ ਕਿ ਇਹ ਪਾਰਟੀ ਦਾ ਬੁਰਾ ਹਾਲ ਹੈ ਹਲੇ ਟਾਈਮ ਲੱਗੂਗਾ ਲੋਕੀ 224 ਦੀਆਂ ਤਿਆਰੀਆਂ ਕਰ ਰਹੇ ਨੇ ਕਿ 224 ਦੇ ਵਿੱਚ ਅਸੀਂ ਕਿੰਨੇ ਲੋਕ ਸਭਾ ਮੈਂਬਰ ਜਿੱਤਨੇ ਆਗੇ ਨੇ ਇੱਥੇ ਹੈਗੇ ਕਿ ਲੋਕ ਸਭਾ ਮੈਂ ਪਹਿਲਾਂ ਪਹਿਲਾਂ ਸਾਰੇ ਕੱਢ ਦੇ ਦੋ ਉਦੋਂ ਦੇਖਾਂਗੇ ਪਰ ਮੈਨੂੰ ਲੱਗਦਾ ਕਿ ਹਲੇ ਮੈਨੂੰ ਲੱਗਦਾ ਇਸ ਮਸਲੇ 'ਚ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਉਂ ਅੱਜ ਇਹ ਕੁਝ ਕਰ ਰਿਹਾ ਹੈਗਾ ਕਿਉਂਕਿ ਪਾਰਟੀ ਉਹਦੇ ਹੱਥਾਂ 'ਚ ਆ। ਹੂੰ। ਔਰ ਵਾਗਡੋਰ ਉਹਦੇ ਹੱਥਾਂ ਦੇ ਵਿੱਚ ਆ। ਤੇ ਜਿਹੜਾ ਵੀ ਕੋਈ ਕਹਿੰਦਾ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਆ ਉਹ ਗੱਲਾਂ ਬਰਦਾਸ਼ਤ ਨਹੀਂ ਉਹ ਇਹ ਤੇ ਬਹਾਨੇ ਨੇ ਬੀਬੇ ਜਗੀਰ ਕੌਰ ਨੂੰ ਕੱਢਣਾ ਜਾਂ ਜਗਮੀਤ ਸਿੰਘ ਬਰਾੜ ਨੂੰ ਕੱਢਣਾ ਇਹ ਆ ਮੈਨੂੰ ਲੱਗਦਾ ਇਹ ਅੱਜ ਜਗਮੀਤ ਸਿੰਘ ਬਰਾੜ ਨੂੰ ਕੱਢਿਆ ਅਗਲੇ ਦਿਨਾਂ ਤੱਕ ਅੰਮਰਪਾਲ ਸਿੰਘ ਬੌਂਡੀ ਨੂੰ ਕੱਢ ਦੇਣਗੇ। ਇਹ ਇੱਕ ਕੱਢਣ ਵਾਲਿਆਂ ਦੀ ਲਿਸਟ ਲੰਮੀ ਹੋ ਜਾਊਗੀ। ਫਿਰ ਇਧਰ ਸ਼੍ਰੋਮਣੀ ਅਕਾਲੀ ਦਲ ਕਿੰਨੇ ਲੀਡਰ ਰਹਿ ਜਾਂਦੇ ਉਹ ਸਵਾਲ ਬਣ ਜਾਣਾ ਹੈਗਾ। ਜੀ ਬਹੁਤ ਸ਼ੁ ਦੋ ਅਹਿਮ ਮਸਲਿਆਂ ਤੇ ਗੱਲ ਕੀਤੀ ਹੈ ਇੱਕ ਸੂਬੇ ਦੇ ਹਾਲਾਤ ਜਿਸ ਤਰ੍ਹਾਂ ਦੇ ਬਣ ਗਏ ਨੇ ਉਹਨਾਂ ਨੂੰ ਸੁਧਾਰਨਾ ਕਿਵੇਂ ਉਹਨਾਂ ਨੂੰ ਸਹੀ ਕਿਵੇਂ ਕਰਨਾ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਤਿਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਕੋ ਖਰੀ ਉਤਰਦੀ ਹੈ ਇਹ ਸਾਰਾ ਕੁਝ ਬਹੁਤਾ ਤਾਂ ਜਾਗ ਜਾਰ ਹੋ ਚੁੱਕਾ ਤੇ ਆਉਣ ਵਾਲੇ ਸਮੇਂ ਚ ਵੀ ਜੇਕਰ ਸੰਭਲਿਆ ਜਾਵੇ ਤਾਂ ਬਹੁਤ ਕੁਝ ਬਚਾਇਆ ਜਾ ਸਕਦਾ ਜਿਹੜਾ ਨੁਕਸਾਨ ਹੋ ਰਿਹਾ ਸਟੇਟ ਦਾ ਸੂਬੇ ਦਾ ਔਰ ਦੂਜੇ ਪਾਸੇ ਰਹੀ ਗੱਲ ਸ਼ਰਮਣੀ ਅਕਾਲੀ ਦਲ ਦੀ ਜੇਕਰ ਉੱਥੇ ਵੀ ਸੰਜੀਦਗੀ ਦੇ ਨਾਲ ਫੈਸਲੇ ਲਏ ਜਾਣਗੇ ਪਾਰਟੀ ਚੋਂ ਬਾਹਰ ਕੱਢਣ ਦੀ ਬਜਾਏ ਇਕੱਠੇ ਕਰਨ ਦੀ ਗੱਲ ਕੀਤੀ ਜਾਵੇਗੀ ਤਾਂ ਪਾਰਟੀ ਵੀ ਬਚ ਸਕਦੀ ਹੈ ਹੁਣ ਕਿ ਸੂਬੇ ਦੀ ਹਾਲ ਸੁਧਾਰਨ ਲਈ ਭਗਵੰਤ ਮਾਨ ਕਿੰਨੇ ਸੰਜੀਦਾ ਹੁੰਦੇ ਨੇ ਤੇ ਇਧਰ ਸ਼੍ਰੋਮਣੀ ਕਾਲੀਦਾਰ ਲਈ ਸੁਖਵੀਰ ਸਿੰਘ ਬਾਦਲ ਕਿੰਨੇ ਸੰਜੀਦਗੀ ਦੇ ਨਾਲ ਕੰਮ ਲੈਂਦੇ ਨੇ ਫਿਲਹਾਲ ਅੱਜ ਦੀ ਚਰਚਾ ਵਿੱਚ ਇੰਨਾ ਹੀ ਸਾਨੂੰ ਦਵਾਗਿਆ ਧੰਨਵਾਦ